ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਅੱਜ ਦਾ ਜੋ ਵਿਸ਼ਾ ਲੈ ਕੇ ਆਇਆ ਹਾਂ ਉਹ ਸ਼੍ਰੀ ਮੰਤ ਭਗਵਤ ਗੀਤਾ ਦੇ ਨਾਲ ਸੰਬੰਧਿਤ ਹੈ। ਸੋ ਅਸੀਂ ਸਮੇਂ ਸਮੇਂ ਦੇ ਉੱਤੇ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਗ੍ਰੰਥਾਂ ਦਾ ਅਧਿਐਨ ਕਰਦੇ ਰਹਿੰਦੇ ਹਾਂ ਅਤੇ ਅਸੀਂ ਉਸ ਦੇ ਨਾਲ ਸੰਬੰਧਿਤ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਸੋ ਜੋ ਸ਼੍ਰੀ ਮੰਤ ਭਗਵਤ ਗੀਤਾ ਹੈ ਇਹ ਇੱਕ ਐਸਾ ਗ੍ਰੰਥ ਹੈ ਜਿਸ ਦੇ ਰਾਹੀਂ ਡਿੱਗਿਆ ਹੋਇਆ ਹਾਰਿਆ ਹੋਇਆ ਇਨਸਾਨ ਫਿਰ ਤੋਂ ਖੜ੍ਹਾ ਹੋ ਸਕਦਾ ਹੈ। ਜਦੋਂ ਸ਼੍ਰੀ ਭਗਵਤ ਗੀਤਾ ਦੇ ਵਿੱਚ ਮਹਾਂਭਾਰਤ ਦਾ ਯੁੱਧ ਸ਼ੁਰੂ ਹੋਣ ਵਾਲਾ ਹੁੰਦਾ ਹੈ ਅਤੇ ਅਰਜੁਨ ਆਪਣੇ ਆਪ ਨੂੰ ਪਹਿਲਾਂ ਤੋਂ ਹੀ ਹਾਰਿਆ ਹੋਇਆ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਭਗਵਾਨ ਕ੍ਰਿਸ਼ਨ ਉਸ ਨੂੰ ਪ੍ਰਵਚਨ ਦਿੰਦੇ ਹਨ, ਉਸ ਨੂੰ ਸਮਝਾਉਂਦੇ ਹਨ ਕਿ ਇਹ ਜੋ ਆਤਮਾ ਹੈ ਇਹ ਅਵਿਨਾਸ਼ੀ ਹੈ, ਇਸ ਦਾ ਨਾਸ਼ ਨਹੀਂ ਹੋ ਸਕਦਾ। ਸੋ ਆਤਮਾ ਕਦੇ ਵੀ ਖਤਮ ਨਹੀਂ ਹੁੰਦੀ, ਇਸ ਦਾ ਤੂੰ ਦੁੱਖ ਨਾ ਮਨਾ, ਕਿਉਂਕਿ ਅਰਜਨ ਕਹਿ ਰਿਹਾ ਹੁੰਦਾ ਹੈ ਕਿ ਜੋ ਮੇਰੇ ਸਾਹਮਣੇ ਲੜ ਰਹੇ ਹਨ, ਮੇਰੇ ਵਿਰੁੱਧ ਲੜ ਰਹੇ ਹਨ, ਉਹ ਮੇਰੇ ਚਾਚੇ ਤਾਏ ਮਾਮੇ ਮਾਸੜ ਭਰਾ ਹਨ ਅਤੇ ਉਹਨਾਂ ਦਾ ਮੈਂ ਮਾੜਾ ਨਹੀਂ ਚਾਹਾਂਗਾ, ਉਹਨਾਂ ਦਾ ਮੈਂ ਮਾੜਾ ਨਹੀਂ ਕਰ ਸਕਦਾ। ਤਾਂ ਭਗਵਾਨ ਕ੍ਰਿਸ਼ਨ ਉਹਨਾਂ ਨੂੰ ਉਸ ਨੂੰ ਸਮਝਾਉਂਦੇ ਹਨ, ਇਹ ਅਰਜੁਨ ਇਹ ਸੰਸਾਰ ਆਉਣੀ ਜਾਣੀ ਹੈ, ਇੱਥੇ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੈ, ਤੂੰ ਮੋਹ ਤੋਂ ਨਿਕਲ ਅਤੇ ਆਪਣੇ ਹਥਿਆਰ ਉਠਾ ਅਤੇ ਇਸ ਤਰ੍ਹਾਂ ਦੇ ਦੁਸ਼ਟਾਂ ਦਾ ਪਾਪੀਆਂ ਦਾ ਨਾਸ਼ ਕਰ, ਜੇਕਰ ਤੂੰ ਆਪਣੇ ਕਰਮ ਤੋਂ ਭੱਜਦਾ ਹੈ ਤਾਂ ਲੋਕ ਤੈਨੂੰ ਬੁਜਦਲ ਕਹਿਣਗੇ, ਨਪੁੰਸਕ ਕਹਿਣਗੇ। ਸੋ ਆਪਣੇ ਕਰਮ ਤੋਂ ਨਾ ਭੱਜ, ਤੂੰ ਕਰਮ ਕਰ, ਕਰਮ ਦੇ ਫਲ ਦੀ ਚਿੰਤਾ ਨਾ ਕਰ, ਕਰਮ ਦੇ ਫਲ ਦੀ ਚਿੰਤਾ ਤੂੰ ਜੇਕਰ ਕਰੇਗਾ ਤਾਂ ਤੂੰ ਅੱਗੇ ਨਹੀਂ ਵੱਧ ਪਏ ਸਕੇਗਾ ਅਤੇ ਉਹ ਤੂੰ ਕਰਮ ਦੇ ਫਲ ਦਾ ਜੋ ਫੈਸਲਾ ਹੈ ਉਹ ਪਰਮਾਤਮਾ 'ਤੇ ਛੱਡ ਦਿਓ, ਪਰਮਾਤਮਾ ਕਰੇਗਾ। ਅਰਜੁਨ ਜਦੋਂ ਹਥਿਆਰ ਸੁੱਟ ਦਿੰਦਾ ਹੈ ਉਸ ਵਕਤ ਭਗਵਾਨ ਕ੍ਰਿਸ਼ਨ ਉਸ ਨੂੰ ਹੌਸਲਾ ਦਿੰਦੇ ਹਨ, ਉਸ ਨੂੰ ਸੰਸਾਰ ਦੇ ਜੋ ਪ੍ਰਕਿਰਿਆ ਹੈ ਉਸ ਬਾਰੇ ਸਮਝਾਉਂਦੇ ਹਨ, ਕਿਉਂਕਿ ਸ਼੍ਰੀਮਦ ਭਗਵਤ ਗੀਤਾ ਜੋ ਹੈ ਇਹ ਮੋਟੀਵੇਸ਼ਨਲ ਗ੍ਰੰਥ ਮੈਂ ਕਹਿ ਸਕਦਾ ਹਾਂ ਕਿ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੈ ਕਰਮ ਦੇ ਨਾਲ, ਧਰਮ ਦੇ ਨਾਲ, ਸਮਾਜਿਕ ਦੇ ਨਾਲ, ਸਮਾਜ ਦੇ ਨਾਲ, ਸਾਡੇ ਰੋਜ਼ਾਨਾ ਜੀਵਨ ਦੇ ਨਾਲ ਜੁੜਿਆ ਹੋਇਆ ਇਹ ਗ੍ਰੰਥ ਹੈ। ਕਿਉਂਕਿ ਇਸ ਗ੍ਰੰਥ ਨੂੰ ਇਸ ਤੋਂ ਪਹਿਲਾਂ ਮੈਂ ਕਈ ਵਾਰ ਪੜ੍ਹ ਚੁੱਕਿਆ ਹਾਂ ਤਾਂ ਅੱਜ ਕਈ ਵਾਰ ਪੜ੍ਹਨ ਤੋਂ ਬਾਅਦ, ਸਮਝਣ ਤੋਂ ਬਾਅਦ, ਅਧਿਐਨ ਕਰਨ ਤੋਂ ਬਾਅਦ ਵੀਡੀਓ ਲੈ ਕੇ ਆਇਆ ਹਾਂ। ਕਿਉਂਕਿ ਭਗਵਤ ਗੀਤਾ ਕਹਿੰਦੀ ਹੈ ਮਾਨਸਿਕ ਤੌਰ 'ਤੇ ਹਾਰਿਆ ਹੋਇਆ ਇਨਸਾਨ ਕਦੇ ਵੀ ਜਿੱਤ ਨਹੀਂ ਸਕਦਾ। ਜੇਕਰ ਤੁਸੀਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਜਿੱਤਿਆ ਹੋਇਆ ਮਹਿਸੂਸ ਕਰਾਓਗੇ ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਸ਼੍ਰੀ ਭਗਵਤ ਗੀਤਾ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਕੋਈ ਛੱਡ ਗਿਆ ਹੈ, ਤੁਹਾਨੂੰ ਕੋਈ ਦੁੱਖ ਦੇ ਗਿਆ ਹੈ, ਅਗਰ ਤੁਸੀਂ ਉਸ ਦੁੱਖ ਨੂੰ ਫੜ ਕੇ ਬੈਠੇ ਰਹਿੰਦੇ ਹੋ ਤਾਂ ਤੁਸੀਂ ਆਪਣੇ ਕਰਮ ਦੇ ਵਿੱਚ ਕਦੇ ਵੀ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦੇ। ਆਪਣੇ ਆਪ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਕਿਸੇ ਵੀ ਇਨਸਾਨ ਨੂੰ ਇੱਕ ਹੀ ਪਲ ਵਿੱਚ ਛੱਡਣ ਦੇ ਕਾਬਲ ਹੋਵੋ ਤਾਂ ਜੋ ਤੁਹਾਨੂੰ ਦੁੱਖ ਪ੍ਰਾਪਤ ਨਾ ਹੋਣ। ਆਪਣਾ ਕਰਮ ਕਰਨ ਤੋਂ ਕਦੇ ਨਾ ਭੱਜੋ, ਆਪਣਾ ਕਰਮ ਕਰਦੇ ਰਹੋ, ਫਲ ਦੀ ਚਿੰਤਾ ਨਾ ਕਰੋ, ਫਲ ਦੀ ਚਿੰਤਾ ਪਰਮਾਤਮਾ ਕਰੇਗਾ। ਆਪਣੇ ਆਪ ਵਿੱਚ ਇੱਕ ਸੁੱਚੀ ਮਾਨਸਿਕਤਾ ਲੈ ਕੇ ਆਓ, ਆਪਣੇ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੋ। ਸ਼੍ਰੀ ਭਗਵਤ ਗੀਤਾ ਇਹੀ ਕਹਿੰਦੀ ਹੈ। ਭਗਵਤ ਗੀਤਾ ਕਹਿੰਦੀ ਹੈ ਅਗਰ ਕਿਸੇ ਨੂੰ ਕੋਈ ਵਚਨ ਦੇ ਦਿਓ ਤਾਂ ਕਦੇ ਵੀ ਆਪਣੇ ਵਚਨ ਤੋਂ ਨਾ ਮੁੱਕੋ, ਚਾਹੇ ਸਾਹਮਣੇ ਮੌਤ ਹੋਵੇ ਚਾਹੇ ਹਾਰ ਹੋਵੇ, ਆਪਣੇ ਵਚਨਾਂ ਤੋਂ ਕਦੇ ਵੀ ਨਾ ਭੱਜੋ। ਮਨੁੱਖ ਆਪਣੇ ਲਾਭ ਅਤੇ ਹਾਨੀ ਦੇ ਲਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ, ਪਰ ਜੇਕਰ ਕਿਸੇ ਦਾ ਭਲਾ ਕਰਨ ਦੇ ਲਈ, ਕਿਸੇ ਨੂੰ ਚੰਗੇ ਰਾਹ ਦੇ ਉੱਤੇ ਪਾਉਣ ਦੇ ਲਈ ਕਿਸੇ ਨੂੰ ਧੋਖਾ ਦਿੱਤਾ ਜਾਵੇ ਉਹ ਗਲਤ ਨਹੀਂ ਹੈ। ਭਗਵਤ ਗੀਤਾ
ਨਕਾਰਾਤਮਿਕ ਸਕਾਰਾਤਮਿਕ ਵਿਚਾਰਾਂ ਦੇ ਉੱਤੇ ਵਿਚਾਰ ਕਰਦੀ ਹੈ ਅਤੇ ਇਹ ਮਨੁੱਖ ਨੂੰ ਹਰ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜਿਉਣ ਦਾ ਵੱਲ ਸਿਖਾਉਂਦੀ ਹੈ। ਜੇਕਰ ਕਿਸੇ ਇਨਸਾਨ ਨੂੰ ਹੋਰ ਗ੍ਰੰਥ ਪੜ੍ਹਨ ਲੱਗਿਆਂ ਔਖਾਈ ਹੁੰਦੀ ਹੈ, ਮੁਸ਼ਕਲ ਆਉਂਦੀ ਹੈ, ਸਮਝ ਨਹੀਂ ਆਉਂਦੀ, ਉਹ ਸਿਰਫ ਸ਼੍ਰੀ ਭਗਵਤ ਗੀਤਾ ਨੂੰ ਪੜ੍ਹ ਸਕਦਾ ਹੈ ਅਤੇ ਉਸ ਤੋਂ ਆਪਣਾ ਗਿਆਨ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਭਗਵਤ ਗੀਤਾ ਹਰ ਪੱਖ ਦੇ ਉੱਤੇ ਹਰ ਤਰ੍ਹਾਂ ਦੇ ਇਨਸਾਨ ਦੇ ਉੱਤੇ ਢੁਕਦੀ ਹੈ। ਜੇਕਰ ਤੁਸੀਂ ਨਾਸਤਿਕ ਹੋ ਤਾਂ ਵੀ ਤੁਹਾਨੂੰ ਭਗਵਤ ਗੀਤਾ ਪੜ੍ਹਨੀ ਚਾਹੀਦੀ ਹੈ, ਜੇ ਤੁਸੀਂ ਆਸਤਿਕ ਹੋ ਤਾਂ ਵੀ ਤੁਹਾਨੂੰ ਭਗਵਤ ਗੀਤਾ ਪੜ੍ਹਨੀ ਚਾਹੀਦੀ ਹੈ, ਕਿਉਂਕਿ ਹਰ ਤਰ੍ਹਾਂ ਦੇ ਇਨਸਾਨ ਦੇ ਲਈ ਭਗਵਤ ਗੀਤਾ ਬਣੀ ਹੈ। ਇਸ ਦੇ ਪ੍ਰਵਚਨ, ਇਸ ਦੇ ਸ਼ਲੋਕ ਬਿਲਕੁਲ ਹੀ ਅਦਭੁਤ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਅਰਜਨ ਨੂੰ ਬਹੁਤ ਕੁਛ ਐਸਾ ਸਮਝਾਉਂਦੇ ਹਨ ਜੋ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਇਸ ਗ੍ਰੰਥ ਨੂੰ ਪੜ੍ਹ ਕੇ ਹੀ ਅਸੀਂ ਜੀਵਨ ਦੇ ਵਿੱਚ ਆਪਣੇ ਨਕਾਰਾਤਮਿਕ ਮਨ ਨੂੰ, ਆਪਣੀ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ ਵਿੱਚ ਕਰ ਸਕਦੇ ਹਾਂ, ਆਪਾਂ ਸਕਾਰਾਤਮਿਕ ਕਰ ਸਕਦੇ ਹਾਂ ਆਪਣੇ ਆਪ ਨੂੰ, ਕਿਉਂਕਿ ਇਹ ਗ੍ਰੰਥ ਢਹਿਆ ਹੋਇਆਂ ਨੂੰ ਖੜ੍ਹਾ ਕਰਨ ਦੇ ਯੋਗ ਹੈ, ਕਾਬਿਲ ਹੈ, ਕਿਉਂਕਿ ਇਹ ਜੋ ਵਚਨ ਹਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁਖਮਿੰਦ ਤੋਂ ਉਚਾਰੇ ਹੋਏ ਹਨ ਅਤੇ ਕਦੇ ਵੀ ਭਗਵਾਨ, ਗੁਰੂ, ਫਕੀਰ ਜਿਨ੍ਹਾਂ ਨੇ ਗ੍ਰੰਥ ਰਚੇ ਹਨ ਉਹ ਗਲਤ ਨਹੀਂ ਕਹਿਣਗੇ, ਝੂਠ ਨਹੀਂ ਕਹਿਣਗੇ। ਸੋ ਅੱਜ ਦੇ ਲਈ ਇੰਨਾ ਹੀ। ਮੈਨੂੰ ਆਸ ਹੈ ਭਗਵਤ ਗੀਤਾ ਦੇ ਨਾਲ ਜੁੜਿਆ ਹੋਇਆ ਇਹ ਜੋ ਵਿਸ਼ਾ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ, ਨਵੇਂ ਵੀਡੀਓ ਦੇ ਵਿੱਚ, ਸਾਡੇ ਨਾਲ ਬਣੇ ਰਹੋ। ਧੰਨਵਾਦ।